ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀ ਦੇ ਕੇ ਸਾਰਿਆਂ ਨੇ ਬਹੁਤ ਵਧੀਆ ਹੋਵਾਂਗੇ ਤੇ ਮੈਂ ਆਈ ਹੋਈ ਹਾਂ ਕੱਲ੍ਹ ਦੀ ਆਪਦੇ ਪਿੰਡ ਅਤੇ ਮੈਂ ਆਪਦੇ ਘਰ ਜਦੋਂ ਆਈ ਅਤੇ ਮੇਰੀਆਂ ਜਦੋਂ ਮੈਂ ਆਪਣੇ ਘਰ ਆਈ ਨਾ ਤਾਂ ਐਂ ਲੱਗਾ ਜਿਵੇਂ ਮੇਰੀਆਂ ਅੱਖਾਂ 'ਚ ਨਾ ਇੰਨੀ ਵੱਡੀ ਰੌਸ਼ਨੀ ਪਈ ਆ ਇੰਨਾ ਮੈਨੂੰ ਸਕੂਨ ਮਿਲਿਆ ਮੈਨੂੰ ਆਪਦਾ ਘਰ ਦੇਖ ਕੇ ਮਤਲਬ ਮੈਂ ਤੁਹਾਨੂੰ ਕਿਵੇਂ ਐਕਸਪਲੇਨ ਕਰਾਂ ਕਿਉਂਕਿ ਇੰਨੀ ਜ਼ਿਆਦਾ ਖੁਸ਼ ਹਾਂ ਆਪਦਾ ਘਰ ਵੇਖ ਕੇ ਹੁਣ ਸਾਡਾ ਘਰ ਹੋਰ ਵੀ ਜ਼ਿਆਦਾ ਸੋਹਣਾ ਬਣ ਗਿਆ ਸੀਗਾ ਦਿਖਾ ਦਿੰਦੇ ਇੱਧਰ ਸਾਡੇ ਗੁਆਂਢੀਆਂ ਨੇ ਕੰਧ ਕੀਤੀ ਸੀ ਨਾ ਉਹਨਾਂ ਨੇ ਤਾਂ ਕਮਰਾ ਪਾਉਣਾ ਸੀ ਕੰਧ ਥੋੜ੍ਹੀ ਜਿਹੀ ਉੱਚੀ ਕਰਤੀ ਅਸੀਂ ਥੋੜ੍ਹਾ ਕੁ ਉਹਨਾਂ ਨੂੰ ਥਾਂ ਛੱਡ ਦਿੱਤਾ ਸੀਗਾ ਉਹ ਥੋੜ੍ਹਾ ਕਹਿੰਦੇ ਸੀ ਵੀ ਅਸੀਂ ਇਹਨੂੰ ਕੰਧ ਕਰ ਸਕ ਉਹ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਇੱਦਾਂ ਕਰਕੇ ਅਸੀਂ ਇੱਧਰੋਂ ਮਤਲਬ ਕਹਿੰਦੇ ਸੀਗੇ ਕਿ ਥੋੜ੍ਹਾ ਬਹੁਤਾ ਥਾਂ ਦਾ ਕਰਨਾ ਸੀਗਾ ਹਨਾ ਪਰ ਸਾਡੇ ਵੱਲੋਂ ਹੀ ਇਹਨੂੰ ਕੰਧ ਕਰ ਤੇ ਇਹ ਆ ਸਾਡਾ ਸਾਰਾ ਘਰ ਆ ਅਸੀਂ ਦੁਆਰ ਤੋਂ ਗਮਲੇ ਲਾ ਲਏ ਆ ਤੇ ਅੱਜ ਤੁਹਾਨੂੰ ਥੋੜ੍ਹਾ ਅੰਦਰ ਦਿਖਾਉਂਦੀ ਆ ਘਰ सिर्फ दो ਸਾਡੇ ਕੋਲ ਸਿਰਫ ਮੈਂ ਤੁਹਾਨੂੰ ਦੱਸਦੀ ਆ ਵਾਲੇ ਬੈੱਡ ਸੀਗੇ ਤੁਹਾਨੂੰ ਦਿਖਾਉਣੀ ਆ ਸਾਡੇ ਕੋਲ ਆ ਵਾਲੇ ਬੈੱਡ ਸੀਗੇ ਉਦੋਂ ਜਦੋਂ ਸਾਡੇ ਦੋ ਕਮਰੇ ਸੀ ਸਿਰਫ ਹਨਾ ਪਰ ਉਦੋਂ ਇਹ ਬੈੱਡਾਂ ਦੀ ਪਲਾਈ ਪਲੂਈ ਸਾਰਾ ਕੁਝ ਟੁੱਟ ਗਿਆ ਸੀਗਾ ਹਨਾ ਤੇ ਉਦੋਂ ਫਿਰ ਆਪਾਂ ਇਹਨਾਂ ਨੂੰ ਰਿਪੇਅਰ ਕਰਾਣੇ ਇੱਕ ਵਾਰ ਇਹਨਾਂ ਨਾਲ ਹੀ ਸਾਰ ਲਿਆ ਸੀਗਾ ਮਤਲਬ ਕਿ ਬੈਠਣਾ ਖਲੋਣਾ ਹਨਾ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਸੀਗਾ ਮੰਜੇ ਵੀ ਘੱਟ ਸੀਗੇ ਫਿਰ ਬਾਅਦ ਵਿੱਚ ਆਪਾਂ ਦੋ ਮੰਜੇ ਬਣਾਏ ਤੇ ਆਪਾਂ ਬੈੱਡ ਲਏ ਅਲਮੀਰਾ ਲਈ ਰਸੋਈ ਬਣਾਈ ਬਰਾਂਡਾ ਪਾਇਆ ਵਾਲਪੇਪਰ ਲਵਾਇਆ ਤੇ ਘਰ 'ਚ ਫਰਸ਼ ਲਵਾਈ ਹਨਾ ਤੇ ਹੁਣ ਮਤਲਬ ਕਿ ਇਹ ਮੇਰਾ ਡ੍ਰੀਮ ਹਾਊਸ ਹੁੰਦਾ ਨਾ ਸਾਰਿਆਂ ਦੇ ਮੇਰਾ ਵੀ ਇਹ ਡ੍ਰੀਮ ਹਾਊਸ ਆ ਤੇ ਮੈਂ ਆਪਣੇ ਮਤਲਬ ਆਪਣੀ ਮਿਹਨਤ ਦੇ ਨਾਲ ਜਿਹੜਾ ਬਣਾਇਆ ਸੀਗਾ ਤੇ ਰਸੋਈ ਵੀ ਤੁਹਾਨੂੰ ਦਿਖਾਉਣੀ ਆ ਲਿਓ ਤੇ ਆਹ ਮੈਂ ਰਸੋਈ ਬਣਾਈ ਸੀਗੀ ਮੇਰਾ ਬਹੁਤ ਜਿੱਦੈਲ ਕਰਦੀ ਨਹੀਂ ਸਾਡੀ ਵੀ ਰਸੋਈ ਹੋਵੇ ਮੈਂ ਸੈਲਫ ਤੇ ਇੱਦਾਂ ਖੜ ਕੇ ਰੋਟੀ ਲਾਇਆ ਕਰਾਂ ਹਨਾ ਤੇ ਮੈਂ ਆਪਣੀ ਬਣਾਈ ਸੀ ਰਸੋਈ ਤੇ ਹੁਣ ਆਪਾਂ ਰੋਟੀ ਰੋਟੀ ਲਾ ਕੇ ਹਟੇ ਥੋੜਾ ਜਿਹਾ ਤੁਹਾਨੂੰ ਖਲਾਰਾ ਦਿਸੂਗਾ ਪਰ ਠੀਕ ਹੈ ਸ਼ੈਂਕ ਕਿਉਂਕਿ ਬਾਹਰ ਭਾਂਡੇ ਦੇ ਸੀ ਮਾਂਦੇ ਉਹਦੇ ਡਰ ਲੱਗਦਾ ਹੁੰਦਾ ਸੀ ਕਿਉਂਕਿ ਮੈਂ ਮੰਮੀ ਤੇ ਮੇਰਾ ਭਰਾ ਹੀ ਹੁੰਦੇ ਸੀ ਇਕੱਲੇ ਤੇ ਮੈਨੂੰ ਬੜਾ ਡਰ ਲੱਗਦਾ ਹੁੰਦਾ ਸੀ ਆਪਾਂ ਹੁਣ ਬਣਾ ਬਣਾ ਲਿਆ ਵਾ ਤੇ ਸਾਡਾ ਮੜ ਕੇ ਮੇਰੇ ਸੱਤਾਂ ਦੁਖਾਉਂਦੇ ਸੀ ਐਲਸੀਡੀ ਵੀ ਲਵਾਈ ਸਾਡੇ ਘਰੇ ਟੀਵੀ ਹੁੰਦਾ ਸੀਗਾ ਫਿਰ ਟੀਵੀ ਮੇਰਾ ਭਰਾ ਕਹਿੰਦਾ ਕਿ ਟੀਵੀ ਮੈਂ ਐਲਸੀਡੀ ਲਵਾ ਕੇ ਦੋ ਫਿਰ ਅਸੀਂ 12,000 ਦੀ ਐਲਸੀਡੀ ਲਵਾਈ ਸੀਗੀ ਤੇ ਜਿਹੜਾ ਆ ਮੋਟਰਸਾਈਕਲ ਇਹ ਮੋਟਰਸਾਈਕਲ ਮੇਰੇ ਡੈਡੀ ਦਾ ਵਾ ਤੇ ਪਰ ਅਸੀਂ ਆ ਮੋਟਰਸਾਈਕਲ ਨੂੰ ਬਹੁਤ ਜ਼ਿਆਦਾ ਸੰਭਾਲ ਕੇ ਰੱਖਿਆ ਕਿਉਂਕਿ ਮੇਰੇ ਡੈਡੀ ਦੀ ਫੇਵਰਟ ਮੋਟਰਸਾਈਕਲ ਸੀ ਕਿਉਂਕਿ ਉਹਨਾਂ ਨੂੰ ਆ ਲਾਲ ਰੰਗ ਪਸੰਦ ਸੀ ਤੇ ਸਾਡੇ ਲਈ ਗਰਮ ਵਾਲਾ ਲਾਲ ਰੰਗ ਸੀਗਾ ਡੈਡੀ ਜਦੋਂ ਮੋਟਰਸਾਈਕਲ ਲੈਂਦੇ ਸੀ ਲਾਲ ਰੰਗ ਦਾ ਲੈਂਦੇ ਮੇਰੇ ਸਾਹਮਣੇ ਡੈਡੀ ਨੇ ਦੋ ਤਿੰਨ ਵਾਰ ਮੋਟਰਸਾਈਕਲ ਲਿਆ ਇਹ ਤੀਜੀ ਵਾਰ ਜਦੋਂ ਲਿਆ ਸੀਗਾ ਤੇ ਇਹ ਸਾਡਾ ਲਾਸਟ ਮੋਟਰਸਾਈਕਲ ਹੀ ਆ ਅਸੀਂ ਇਹਨੂੰ ਕਦੇ ਵੀ ਵੇਚਣਾ ਨਹੀਂ ਗਾ ਮਾਰਾ ਸੁੱਖ ਰੱਖੇ ਤੇ ਪ੍ਰੈਸ ਟੇਬਲ ਬਣਾਇਆ ਸੀ ਤੇ ਸਾਡਾ ਸਾਰੇ ਘਰ ਆ ਤੇ ਲੋਕਾਂ ਨੂੰ ਸਾਡੇ ਘਰ ਸਾਰਿਆਂ ਨੂੰ ਬਹੁਤ ਪਸੰਦ ਆਉਂਦਾ ਵਾ ਤੇ ਅੱਜ ਮੈਂ ਤੁਹਾਨੂੰ ਆਪਣੇ ਡੈਡੀ ਦਾਦੀ ਨੂੰ ਦਿਖਾਉਣੀ ਆ ਤੇ ਇਹ ਮੇਰੇ ਡੈਡੀ ਦੀ ਫੋਟੋ ਆ ਤੇ ਇਹ ਮੇਰੀ ਦਾਦੀ ਦੀ ਫੋਟੋ ਆ ਤੇ ਮੈਨੂੰ ਸਾਰੇ ਸਾਡੇ ਪਿੰਡ 'ਚ ਕਹਿੰਦੇ ਹੁੰਦੇ ਕਿ ਤੂੰ ਉਹਦੀ ਦਾਦੀ ਵਰਗੀ ਆ ਕੋਈ ਗੱਲ ਮੇਰੀ ਥੋੜ੍ਹੀ ਜਿਹੀ ਵੀ ਗਲਤ ਲੱਗੀ ਤੇ ਮੈਨੂੰ ਮਾਫ਼ ਕਰੇ ਮੇਰੇ ਤੋਂ ਮੈਂ ਸੋਚ ਰਹੀ ਸੀ ਕਿ ਸਾਰਿਆਂ ਨੂੰ ਆਪਣੇ ਘਰ ਇੱਕ ਵਾਰ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਮੇਰਾ ਘਰ ਵੇਖਿਆ ਵਾ ਹਨਾ ਪਰ ਮੈਂ ਦੁਆਰ ਤੋਂ ਰੰਗ ਰੁੰਗ ਕਰਵਾਇਆ ਘਰ ਦੇ ਵਿੱਚ ਹਨਾ ਤੇ ਬੂਟੇ ਲਵਾਏ ਸੀ ਦੁਆਰ ਤੋਂ ਸਫਾਈ ਕਰਵਾਈ ਸੀ ਨਾ ਤੇ ਮੈਂ ਸੋਚਿਆ ਕਿ ਇੱਕ ਵਾਰ ਤੁਹਾਡੇ ਸਾਰਿਆਂ ਨੂੰ ਦਿਖਾਵਾਂ ਤੁਹਾਨੂੰ ਸਾਡੇ ਘਰ ਬਹੁਤ ਪਸੰਦ ਉਹਨਾਂ ਨੂੰ ਤਾਂ ਕਰਕੇ ਤੇ ਹੈਗਾ ਤਾਂ ਹਲੇ ਬਾਲਿਆਂ ਦੀਆਂ ਛੱਤਾਂ ਹੀ ਆ ਪਰ ਇੱਕ ਵਾਰ ਇਹਨਾਂ ਕਿ ਸਿਰ ਤੇ ਛੱਤ ਹੈਗੀ ਆ ਤੇ ਆਰਾਮ ਨਾਲ ਬਹਿ ਜਾਈਦਾ ਮੇਰਾ ਵਿਆਹ ਬਹੁਤ ਸੋਹਣਾ ਹੋ ਗਿਆ ਸੀਗਾ ਵਿੱਚ ਇੰਨੇ ਪਰੌਣੇ ਆਏ ਸੀ ਬੜਾ ਵਧੀਆ ਮੈਨੇਜ ਹੋ ਗਿਆ ਸੀਗਾ ਹਨਾ ਤੇ ਹਨਾ ਤੇ ਬਸ ਥੈਂਕ ਯੂ ਤੇ ਦੋ ਤਿੰਨ ਵੱਡੇ ਬੱਚੇ ਲੈਣੇ ਆ ਲੈ ਗਿਆ ਨਾ ਕਾਕੀ ਤਿੰਨ ਡੱਬੇ ਹੋਰ ਚੱਕ ਲਿਆ ਬਸ ਠੀਕ ਆ ਮੈਂ ਤੁਹਾਨੂੰ ਦੱਸਦਾ ਚੱਕ ਜਮੇ ਨਾ ਚੱਕ ਇਹੋ ਜਿਹੇ ਨਾ ਪੈਂਦੇ ਵੀਰ ਆਪਣੇ ਘਰ ਪਹਿਲੇ ਵੀ ਆਹੋ ਤੇ ਇੰਨੀ ਬਹੁਤ ਆ ਭਰਾਵਾ ਇੱਕ ਚ ਪੱਤੀ ਖੰਡ ਹਾਂ ਬਸ ਤੇ ਨੂਣ ਹਲਦੀ ਮਿਰਚਾਂ ਮਸਾਲੇ ਫਲਾਣਾ ਟਿੰਕਾਣਾ ਤੇ ਕੱਦ ਚ ਪਾਉਣਾ ਇਹ ਸਾਰੇ ਕੱਟ ਵਸ ਕਰ ਦੇ ਕੇ ਨਹੀਂ ਨਾਲੇ ਆ ਵੀ ਇਹਨਾਂ ਤੇ ਚਮਚੇ ਵੀ ਆ ਗਏ ਮੈਂ ਤੇ ਤਿੰਨ ਹੋਰ ਲੈ ਲੈਣੇ ਆ ਪਰ ਡੱਬੇ ਫਿਰ ਵੀ ਥੁੱੜ ਜਾਣੇ ਆ ਟੈਂਕਾ ਜਿਹੜਾ ਛੋਟੇ ਡੱਬੇ ਉਹ ਕਿੰਨੇ ਦੇ ਉਹ ਕੀ ਹੋ ਗਿਆ ਅੰਕਲ ਕੀ ਕਰੀ ਜਾਂਦੇ ਜੇ
ਬਹੁਤ ਫਰਕ ਆ ਵੇਖੋ ਨਹੀਂ ਜੀ ਕੁਆਲਿਟੀ ਦਾ ਫਰਕ ਹੈ ਸਹਿਜ ਕੀ ਹੈ ਆ ਹੈ ਅੱਛਾ ਉਹਦੇ ਜੋ ਪੱਤੀ ਖੰਡ ਤੇ ਚਾਹ ਵਾਲਾ ਸਾਰਾ ਸਮਾਨ ਤੇ ਇਹਦੇ ਚ ਲੂਣ ਹਲਦੀ ਮਿਰਚਾਂ ਘਿਓ ਤੇ ਦਾਲਾਂ ਹਾਂ ਤਾਂ ਚੱਲ ਸੇ ਪੰਜ ਮਿੰਟਾਂ ਵਿੱਚ ਡੱਬੇ ਥੋੜੇ ਆ ਹਾਂ ਥੋੜੇ ਆ ਫਿਰ ਦੁਕਾਨ ਹੀ ਲੈ ਜਾਂਦੇ ਸਾਰੀ ਫਿਰ ਤਾਂ ਪੂਰੇ ਆ ਜਾਣਗੇ ਇੱਕ ਨਾ ਤੁਸੀਂ ਆ ਵੱਡਿਆਂ ਦਾ ਦੇ ਦਿਓ ਤੇ ਇੱਕ ਨੀਲੇ ਨਿੱਕੇ ਦੇ ਦਿਓ ਨੀਲੇ ਨਿੱਕੇ ਦੇ ਦਿਓ ਇਹੋ ਜਿਹੇ ਨਹੀਂ ਇੱਕ ਹਾਂ ਇਹਦੇ ਨਾਲ ਦੇ ਨਿੱਕੇ ਵੀ ਦਿਓ ਇਹ ਵੀ ਰੱਖ ਦੇ ਕਾਕੇ ਇਹ ਕਾ ਲੈ ਲੈਣੀ ਆ ਕਾ ਲੈ ਲੈਣੀ ਆ ਇੱਕ ਨੀਲੇ ਹੋਰ ਲਿਆ ਦਿਓ ਠੀਕ ਹੈ ਨਾ ਫਿਰ ਆਹੋ ਇਹਨੇ ਕਰਨੇ ਕਿ ਮੁੜ ਕੇ ਗਵਾਂਢੀਆਂ ਘਰੇ ਜਾਂਦੇ ਆ ਅੱਗੇ ਦੋ ਘਰ ਇਹਨਾਂ ਦੇ ਘਰੇ ਆਪਣੀਆਂ ਭੁਜੀ ਵਾਲੀਆਂ ਸਮਾਨ ਤੇ ਦੇਣੇ ਜਾਣਾ ਨਾ ਡੱਬੇ ਚੋਰੀ ਕਰਕੇ ਲੈ ਜਾਂਦੇ ਆ ਕੌਲੀਆਂ ਕੁਲੀਆਂ ਤਾਂ ਨਹੀਂ ਲੈਣੀਆਂ ਕੌਲੀਆਂ ਹੈਗੀਆਂ ਨਾ ਮੈਂ ਜਦੋਂ ਉਹਨੇ ਨਾਲ ਭਾਂਡੇ ਲੈ ਕੇ ਦਿੰਦੀ ਰਹਿੰਦੀ ਮੈਂ ਤੁਹਾਨੂੰ ਬਾਹਰ ਚਲ ਜਾਂਦੀ ਮੈਂ ਬਾਹਰ ਹੁੰਦੀ ਆ ਫਿਰ ਉਹਨਾਂ ਦੇ ਭਾਂਡੇ ਮੁੱਕੇ ਹੁੰਦੇ ਆ ਕੋਈ ਨਹੀਂ ਲੈਣੀ ਬਸ ਅੰਕਲ ਜੀ ਆ ਸਾਰੇ ਡੱਬੇ ਦੇ ਦੋ ਸੰਗਲੇ ਹੋਰ ਆ 300 200 500 ਹੋ ਗਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਸਾਰਿਆਂ ਨੇ ਬਹੁਤ ਵਧੀਆ ਹੋਵੋਗੇ ਸੋ ਅੱਜ ਦਾ ਵਲੌਗ ਪਤਾ ਲੱਗ ਗਿਆ ਹੁਣ ਤੁਹਾਨੂੰ ਥੰਬਨੇਲ ਤੋਂ ਹੈ ਨਾ ਸੋ ਚਲੋ ਜਾਣਾ ਤਾਂ ਹੈਗਾ ਹੀ ਸਾਰਿਆਂ ਨੂੰ ਬਾਹਰ ਹੈ ਨਾ ਤੋ ਮਤਲਬ ਅੱਜ ਮਤਲਬ ਮੈਂ ਫਿਰ ਬਾਏ ਬਾਏ ਕਰ ਦਿੰਦੀ ਹਾਂ ਅਤੇ ਫੈਮਿਲੀ ਨੇ ਤਾਂ ਸਾਰਿਆਂ ਨੂੰ ਇੰਨਾ ਮਿਸ ਕਰੂੰਗੀ ਨਾ ਅਤੇ ਹੁਣ ਤਾਂ ਅੱਗੇ ਮੈਨੂੰ ਦੱਸਿਆ ਕਿ ਗੇੜਾ ਵੱਜ ਜਾਂਦਾ ਛੇਤੀ ਹੈ ਨਾ ਬਟ ਹੁਣ ਪਤਾ ਨਹੀਂ ਕਦੋਂ ਗੇੜਾ ਵੱਜੂਗਾ ਸੀਰੀਅਸਲੀ ਕੁਛ ਵੀ ਪਤਾ ਨਹੀਂ ਮਹਾਰਾਜ ਸੁੱਖ ਰੱਖੇ ਅਤੇ ਮੈਂ ਜਲਦੀ ਮਾਰਾਂ ਗੇੜਾ ਪੱਕੀ ਪੱਕਾ ਪਤਾ ਨਹੀਂ ਕੁਛ ਵੀ ਪਤਾ ਨਹੀਂ ਕਿ ਇਸ ਵਾਰ ਕਦੋਂ ਗੇੜਾ ਵੱਜੂਗਾ ਸੋ ਪਿਛਲੀ ਵਾਰ ਤੋਂ ਮੇਰੇ ਕੋਲ ਇੱਕ ਹੈਗਾ ਸੀਗਾ ਪਿਛਲੀ ਵਾਰ ਸਭ ਤੋਂ ਪਹਿਲਾਂ ਗੇੜਾ ਮਾਰ ਕੇ ਮੰਮੀ ਨੂੰ ਲੈ ਕੇ ਆਉਣਾ ਵਾ ਅਤੇ ਸੈਕਿੰਡ ਵਾਰ ਗੇੜਾ ਮਾਰ ਕੇ ਮੰਮੀ ਨੂੰ ਛੱਡ ਕੇ ਆਉਣਾ ਵਾ ਹੁਣ ਕੋਈ ਚਾਂਸ ਨਹੀਂ ਹੈਗਾ ਆਉਣ ਦਾ ਅਤੇ ਮਹਾਰਾਜ ਸੌਖੇ ਰੱਖੇ ਚਲੋ ਵਧੀਆ ਹੈ ਨਾ ਅਤੇ ਫਿਰ ਆਪਾਂ ਮੈਂ ਸਟਾਰਟ ਕਰਤਾ ਵਲੌਗ ਅੱਜ ਦਾ ਅਤੇ ਮੈਂ ਸੋਚਿਆ ਪਹਿਲਾਂ ਮੈਂ ਡੱਬੇ ਚੀਜ਼ ਕਰਦਾ ਪੇਕੇ ਫੈਮਿਲੀ ਦੇ ਘਰੇ ਮਤਲਬ ਇਸ ਘਰ ਦੇ ਵਿੱਚ ਮੈਂ ਡੱਬੇ ਲਏ ਹੋਏ ਸੀ ਸਾਰੇ ਅਤੇ ਬਾਅਦ ਵਿੱਚ ਨਾ ਉਹ ਬੜੇ ਖਰਾਬ ਹੋ ਗਏ ਆ ਅਤੇ ਹੁਣ ਫਿਰ ਮੈਂ ਸੋਚਿਆ ਕਿ ਇਹਨਾਂ ਨੂੰ ਚੇਂਜ ਕੀਤਾ ਜਾਵੇ ਕਿਉਂਕਿ ਬਹੁਤ ਖਰਾਬ ਜਿਹੇ ਲੱਗਣ ਫਿਰ ਉਹਦੇ ਨਾਲ ਰਸੋਈ ਵੀ ਵਧੀਆ ਨਹੀਂ ਲੱਗਦੀ ਅਤੇ ਕੋਈ ਵੇਖਣ ਵਾਲਾ ਵੀ ਕਹਿ ਦਿੰਦਾ ਕਿ ਸਫਾਈ ਸਫੂਈ ਨਹੀਂ ਰੱਖਦੇ ਹੈ ਨਾ ਗੱਲ ਇਹ ਨਹੀਂ ਕਿ ਸਫਾਈ ਨਹੀਂ ਰੱਖਦੇ ਸਫਾਈ ਰੱਖਦੇ ਆ ਮੀਨਜ਼ ਵੈਸੇ ਹੀ ਉਹ ਥੋੜ੍ਹਾ ਜਿਹਾ ਨਾ ਖਰਾਬ ਹੋ ਗਿਆ ਵੈਸੇ ਆਪਾਂ ਵਾਸ਼ ਵੀ ਕਰ ਸਕਦੇ ਸੀਗੇ ਬਟ ਉਹ ਰੰਗ ਬਿਰੰਗੇ ਦੇ ਹੋਰ ਹੀ ਸੀਗੇ ਮਤਲਬ ਬੜੇ ਡੱਬੇ ਘਵਾ ਚੁੱਕੇ ਸੀਗੇ ਅਤੇ ਮੈਂ ਫਿਰ ਸੋਚਿਆ ਮੈਂ ਨਿਊ ਡੱਬੇ ਲੈ ਕੇ ਆਈ ਹੋਈ ਹਾਂ ਅਤੇ ਹੁਣ ਆਪਾਂ ਸਾਰੇ ਡੱਬੇ ਕਰਾਂਗੇ ਕੰਪਲੀਟ ਮਤਲਬ ਸਾਰਾ ਲੂਣ ਮਿਰਚ ਹਲਦੀ ਜੋ ਵੀ ਪਾਉਣਾ ਨਾ ਤਾਂ ਪਾ ਦਿੰਦੇ ਹਾਂ ਅਤੇ ਪਹਿਲਾਂ ਤਾਂ ਮੈਂ ਆਹ ਵਾਲੇ ਪਿੰਕ ਡੱਬਿਆਂ 'ਤੇ ਸੋਚਿਆ ਖੰਡ ਮਿੱਠੇ ਪਾਉਂਗੀ ਕਿਉਂਕਿ ਦੂਜਾ ਸਾਡੇ ਮਤਲਬ ਚਾਨੀ ਚਾਚੀ ਘਰ ਪਾਠ ਰੱਖਿਆ ਵਾ ਅਤੇ ਮੇਰਾ ਉਹਨਾਂ ਦੇ ਘਰ ਜਾਣ ਦਾ ਟਾਈਮ ਨਹੀਂ ਲੱਗਾ ਚਲੋ ਜੇ ਮੇਰਾ ਵਲੌਗ ਦੇਖਦੇ ਹੋਣਗੇ ਤਾਂ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਅਤੇ ਉਹਨਾਂ ਦਾ ਕੈਨੇਡਾ ਵੀ ਜਾ ਗਿਆ ਵਾ ਦੋਰੇ ਦਾ ਚਾਚੀ ਦਾ ਅਤੇ ਉਹ ਜਾ ਰਿਹਾ ਕੈਨੇਡਾ ਅਤੇ ਉਹਨਾਂ ਨੇ ਉਸ ਅਖੰਡ ਪਾਠ ਖਵਾਇਆ ਵਾ ਪ੍ਰਾਹੁਣੇ ਬਹੁਤ ਆਏ ਹੋਏ ਆ ਮਤਲਬ ਅੱਜ ਮੈਂ ਸਹੁਰੇ ਵੀ ਚੱਲ ਜਾਣਾ ਵਾ ਅਤੇ ਜੇ ਅੱਜ ਸਹੁਰੇ ਨਾ ਜਾਣਾ ਹੁੰਦਾ ਤਾਂ ਮੈਂ ਪਾਠ ਦੇਖ ਕੇ ਜਾਣਾ ਸੀਗਾ ਫਿਰ ਉਹਨਾਂ ਨੂੰ ਵਧਾਈ ਦੇਣਾ ਸੀਗਾ ਮੈਂ ਉਹਨਾਂ ਨੂੰ ਕਹਿੰਦਾ ਮੈਂ ਚੱਲ ਜਾਣਾ ਸੀਗਾ ਆਪਣੇ ਟਿਕਟ ਤੱਕ ਇੱਕੋ ਗੱਲ ਕਰਦੀ ਹਾਂ ਮੈਨੂੰ ਜਾਣਾ ਪੈਣਾ ਵਾ ਮੈਨੂੰ ਸਹੁਰੇ ਕਿਉਂਕਿ ਮੇਰੀ ਪਰਸੋਂ ਫਲਾਈਟ ਵੀ ਆ ਬੜੀ ਟੈਨਸ਼ਨ ਮੂੰਹ ਸੁੱਕੀ ਜਾਂਦੇ ਸੁੱਕੀ ਜਾਂਦੇ ਆ ਜਾਣਾ ਤਾਂ ਹੈ ਹੀ ਆ ਮਤਲਬ ਤੂੰ ਸਾਨੀ ਰੌਣਕ ਨਾ ਛੱਡ ਕੇ ਜਾਣ ਨੂੰ ਦਿਲ ਜਿਹਾ ਨਹੀਂ ਕਰਦਾ ਸੀ ਤੂੰ ਤਾਂ ਮੈਂ ਮੈਂ ਬਿਮਾਰ ਹੋ ਜਾਣਾ ਤਾਂ ਕਿਉਂਕਿ ਰਾਜ ਹੀ ਮਤਲਬ ਨਾ ਰੋਕ ਜੇ ਕਿ ਤੁਹਾਨੂੰ ਗਈ ਹਾਂ ਕਿਉਂਕਿ ਸੋਚ ਸੋਚ ਕੇ ਨਾ ਹੋ ਜਾਂਦਾ ਬੰਦੇ ਨੂੰ ਜਿੱਦਾਂ ਅਤੇ ਆਹ ਪਹਿਲਾਂ ਮੈਂ ਖੰਡ ਦਾ ਡੱਬਾ ਇੱਦਾਂ ਦਾ ਸੀਗਾ ਹੁਣ ਮੈਂ ਚੇਂਜ ਹੋ ਜੂਗਾ ਚਲੋ ਉਹ ਸੋਹਣਾ ਜਿਹਾ ਹੋ ਜੂਗਾ ਹੈ ਨਾ ਅਤੇ ਇਹ ਸਾਰੇ ਡੱਬੇ ਫਿਰ ਆਪਾਂ ਖੰਡ ਪਾ ਦਈਏ ਮੈਂ ਖੰਡ ਮਤਲਬ ਸੌਦਾ ਥੋੜ੍ਹਾ ਜਿਹਾ ਲਿਆਉਣ ਵਾਲਾ ਵੀ ਆ ਚਲੋ ਮੈਂ ਬਾਅਦ ਵਿੱਚ ਵੀ ਲੈਣ ਕਹੂੰਗੀ ਲੈ ਆਊ ਤਾਂ ਹੈ ਨਾ ਸੌਦਾ ਅਤੇ ਹਾਂ ਪੱਤੀ ਜਾਂ ਦੇਖੋ ਪੱਤੀ ਦਾ ਡੱਬਾ ਹੀ ਮੇਰੀ ਚਾਚੀ ਲੈ ਕੇ ਗਏ ਸੀਗੇ ਅਤੇ ਮੈਂ ਉਹਨਾਂ ਹੁਣ ਮੈਂ ਸੋਚਿਆ ਕਿ ਚੇਂਜ ਕਰ ਦਿੰਦੇ ਸਾਰੇ ਕਿਉਂਕਿ ਕੋਈ ਵੀ ਹੈ ਨਾ ਆਪੇ ਆਇਆ ਰਿਸ਼ਤੇਦਾਰ ਸਾਡਾ ਹੁੰਦਾ ਨਾ ਕਿਉਂਕਿ ਤੁਹਾਨੂੰ ਪਤਾ ਹੈ ਨਾ ਮੰਮੀ ਮੇਰੇ ਇੱਦਾਂ ਠੀਕ 'ਚ ਆ ਮਤਲਬ ਕਿ ਉਹ ਨਹੀਂ ਕਿ ਚਾਹ ਬਣਾ ਕੇ ਦਿੰਦੇ ਚਲੋ ਰਿਸ਼ਤੇਦਾਰ ਸਾਡੇ ਆਪੇ ਹੀ ਚਾਹ ਬਣਾ ਲੈਂਦੇ ਹੁੰਦੇ ਆ ਅਤੇ ਹਾਂ ਜੀਰੇ ਵਾਲਾ ਵਾ ਅਤੇ ਆਹ ਮਸਾਲੇ ਵਾਲਾ ਇੱਕ ਹੀ ਰਹਿਣ ਦੋ ਅਤੇ ਹੁਣ ਆਪਾਂ ਚੱਲੇ ਹਾਂ ਸਹੁਰੇ
ਇਹਨਾਂ ਸਾਰਿਆਂ ਨੂੰ ਬਾਏ ਬਾਏ ਕਰਨੀ ਆ ਵੀਰਾ ਚਲਾ ਮੈਨੂੰ ਬੱਸ ਤੇ ਚੜਾਓ ਮੈਂ ਬੱਸ ਤੇ ਜਾਊਂਗੀ ਮੰਮੀ ਕਿੱਥੇ ਚਲ ਗਏ ਆ ਤੇ ਹੁਣ ਪਤਾ ਨਹੀਂ ਇਸ ਘਰ ਚ ਕਦੋਂ ਆਉਂਗੀ ਫੇਰ ਫੋਟੋ ਵਗੈਰਾ ਤੇ ਸਾਰਾ ਕੁਝ ਰੱਖ ਚੱਲੀ ਆ ਅੱਜ ਮੈਂ ਤਾਂ ਟਾਈਮ ਇੰਨਾ ਘੱਟ ਸੀਗਾ ਕਦੇ ਮੇਰੇ ਤੋਂ ਕੰਮ ਨਹੀਂ ਕੀਤਾ ਗਿਆ ਬਟ ਚਲੋ ਕੋਈ ਨਹੀਂ ਮੇਰਾ ਸੋਹਣਾ ਜਿਹਾ ਘਰ ਤੇ ਮੈਂ ਜਲਦੀ ਹਾਏ ਚਲੋ ਕੋਈ ਗੱਲ ਜਾਣਾ ਹੀ ਹੈ ਨਾ ਬਾਹਰ ਕੀ ਕਰ ਸਕਦੇ ਹਾਂ ਪਰਸ ਫੜ ਲਵਾਂ ਟੈਗ ਵੀ ਨਹੀਂ ਲਾਇਆ ਦੇਖ ਲਓ ਚਲੋ ਚੱਲਦੇ ਹਾਂ ਫਿਰ ਆਪਾਂ ਹਮ ਚਲੇ ਆਪਣੇ ਅਸਲੀ ਘਰ ਇੱਕ ਇੱਕ ਕਦਮ ਮੇਰਾ ਵੱਧਦਾ ਜਾਂਦਾ ਤੇ ਦਿਲ ਮੇਰਾ ਪਿੱਛੇ ਹੋ ਜਾਂਦਾ ਰੋਟੀ ਖਾ ਲਾ ਖਾ ਲਾ ਚੱਲ ਕੱਟਦਾ ਹੀ ਮੈਂ ਵੀਡੀਓ ਕੱਟਦੀ ਹੋ ਯਾਰ